ਜਦੋਂ ਘਰ ਦੇ ਬਾਹਰ ਖੜੀ ਕਾਰ ਸਟਾਰਟ ਨਾ ਹੋਈ ਤਾਂ ਚੋਰ ਦੂਸਰੀ ਗਲੀ ਦੇ ਵਿੱਚ ਜਾ ਕੇ ਦੂਜੀ ਕਾਰ ਚੋਰੀ ਕਰਕੇ ਫਰਾਰ ਹੋ ਗਏ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਚੋਰ ਇੱਕ ਕਾਰ ਦੇ ਨੇੜੇ ਤੇੜੇ ਘੁੰਮਦੇ ਨਜ਼ਰ ਆ ਰਹੇ ਨੇ। ਹਾਲਾਂਕਿ ਉਹਨਾਂ ਦੇ ਵਿੱਚੋਂ ਪਹਿਲਾਂ ਇੱਕ ਚੋਰ ਕਾਰ ਦੇ ਅੰਦਰ ਬੈਠਦਾ ਹੈ ਅਤੇ ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਬਾਕੀ ਚੋਰ ਕਹੇ ਜਾ ਰਹੇ ਨੇ ਉਹ ਬਾਹਰ ਖੜ੍ਹੇ ਹੁੰਦੇ ਨੇ। ਪਰ ਜਿਵੇਂ ਹੀ ਉਹਨਾਂ ਤੋਂ ਕਾਰ ਸਟਾਰਟ ਨਹੀਂ ਹੁੰਦੀ ਤਾਂ ਉਹ ਦੂਸਰੀ ਗਲੀ ਦੇ ਵਿੱਚ ਜਾਂਦੇ ਨੇ ਅਤੇ ਉੱਥੋਂ ਦੀ ਇੱਕ ਕਾਰ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਤੁਹਾਨੂੰ ਪਹਿਲੀ ਤਸਵੀਰ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਕਾਰ ਹੈ, ਉਸਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਖਸ ਬੈਠਾ ਹੈ ਅਤੇ ਉਸਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ ਇਹ ਕਾਰ ਜਦੋਂ ਉਸ ਤੋਂ ਸਟਾਰਟ ਨਹੀਂ ਹੁੰਦੀ ਤਾਂ ਇਸ ਦੇ ਨਾਲ ਦੇ ਜੋ ਚੋਰ ਸੀ ਉਹ ਵੀ ਪਿੱਛੇ ਖੜ੍ਹੇ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਤੁਰੰਤ ਸਮਾਂ ਨਾ ਗਵਾਉਂਦੇ ਹੋਏ ਕਿਹਾ ਜਾ ਸਕਦਾ ਹੈ ਕਿ ਦੂਸਰੀ ਗਲੀ ਦੇ ਵਿੱਚ ਜਾ ਵੜਦੇ ਨੇ ਅਤੇ ਦੂਜੀ ਗਲੀ ਦੇ ਵਿੱਚ ਜਾ ਕੇ ਇੱਕ ਗੱਡੀ ਨੂੰ ਚੋਰੀ ਕਰ ਲੈਂਦੇ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਦੂਸਰੀ ਗੱਡੀ ਤੁਹਾਨੂੰ ਸੀਸੀਟੀਵੀ ਦੇ ਵਿੱਚ ਲੰਘਦੀ ਨਜ਼ਰ ਆਈ ਹੋਵੇਗੀ ਤਾਂ ਕਿਹਾ ਜਾ ਸਕਦਾ ਹੈ ਕਿ ਜਦੋਂ ਇੱਕ ਕਾਰ ਸਟਾਰਟ ਨਾ ਹੋਈ ਤਾਂ ਦੂਸਰੀ ਕਾਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਨੂੰ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਘਰ ਦੇ ਬਾਹਰ ਖੜ੍ਹੀ ਕਾਰ ਸਟਾਰਟ ਨਾ ਹੋਈ ਤਾਂ ਚੋਰ ਦੂਸਰੀ ਗਲੀ ਦੇ ਵਿੱਚ ਜਾ ਕੇ ਦੂਜੀ ਕਾਰ ਚੋਰੀ ਕਰਕੇ ਫਰਾਰ ਹੋ ਗਏ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਚੋਰ ਇੱਕ ਕਾਰ ਦੇ ਨੇੜੇ ਤੇੜੇ ਘੁੰਮਦੇ ਨਜ਼ਰ ਆ ਰਹੇ ਨੇ। ਹਾਲਾਂਕਿ ਉਹਨਾਂ ਦੇ ਵਿੱਚੋਂ ਪਹਿਲਾਂ ਇੱਕ ਚੋਰ ਕਾਰ ਦੇ ਅੰਦਰ ਬੈਠਦਾ ਹੈ ਅਤੇ ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਬਾਕੀ ਚੋਰ ਕਹੇ ਜਾ ਰਹੇ ਨੇ ਉਹ ਬਾਹਰ ਖੜ੍ਹੇ ਹੁੰਦੇ ਨੇ। ਪਰ ਜਿਵੇਂ ਹੀ ਉਹਨਾਂ ਤੋਂ ਕਾਰ ਸਟਾਰਟ ਨਹੀਂ ਹੁੰਦੀ ਤਾਂ ਉਹ ਦੂਸਰੀ ਗਲੀ ਦੇ ਵਿੱਚ ਜਾਂਦੇ ਨੇ ਅਤੇ ਉੱਥੋਂ ਦੀ ਇੱਕ ਕਾਰ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਤੁਹਾਨੂੰ ਪਹਿਲੀ ਤਸਵੀਰ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਕਾਰ ਹੈ, ਉਸਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਖਸ ਬੈਠਾ ਹੈ ਅਤੇ ਉਸਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ ਇਹ ਕਾਰ ਜਦੋਂ ਉਸ ਤੋਂ ਸਟਾਰਟ ਨਹੀਂ ਹੁੰਦੀ ਤਾਂ ਇਸ ਦੇ ਨਾਲ ਦੇ ਜੋ ਚੋਰ ਸੀ ਉਹ ਵੀ ਪਿੱਛੇ ਖੜ੍ਹੇ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਤੁਰੰਤ ਸਮਾਂ ਨਾ ਗਵਾਉਂਦੇ ਹੋਏ ਕਿਹਾ ਜਾ ਸਕਦਾ ਹੈ ਕਿ ਦੂਸਰੀ ਗਲੀ ਦੇ ਵਿੱਚ ਜਾ ਵੜਦੇ ਨੇ ਅਤੇ ਦੂਜੀ ਗਲੀ ਦੇ ਵਿੱਚ ਜਾ ਕੇ ਇੱਕ ਗੱਡੀ ਨੂੰ ਚੋਰੀ ਕਰ ਲੈਂਦੇ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਦੂਸਰੀ ਗੱਡੀ ਤੁਹਾਨੂੰ ਸੀਸੀਟੀਵੀ ਦੇ ਵਿੱਚ ਲੰਘਦੀ ਨਜ਼ਰ ਆਈ ਹੋਵੇਗੀ ਤਾਂ ਕਿਹਾ ਜਾ ਸਕਦਾ ਹੈ ਕਿ ਜਦੋਂ ਇੱਕ ਕਾਰ ਸਟਾਰਟ ਨਾ ਹੋਈ ਤਾਂ ਦੂਸਰੀ ਕਾਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਨੂੰ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਘਰ ਦੇ ਬਾਹਰ ਖੜ੍ਹੀ ਕਾਰ ਸਟਾਰਟ ਨਾ ਹੋਈ ਤਾਂ ਚੋਰ ਦੂਸਰੀ ਗਲੀ ਦੇ ਵਿੱਚ ਜਾ ਕੇ ਦੂਜੀ ਕਾਰ ਚੋਰੀ ਕਰਕੇ ਫਰਾਰ ਹੋ ਗਏ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਚੋਰ ਇੱਕ ਕਾਰ ਦੇ ਨੇੜੇ ਤੇੜੇ ਘੁੰਮਦੇ ਨਜ਼ਰ ਆ ਰਹੇ ਨੇ। ਹਾਲਾਂਕਿ ਉਹਨਾਂ ਦੇ ਵਿੱਚੋਂ ਪਹਿਲਾਂ ਇੱਕ ਚੋਰ ਕਾਰ ਦੇ ਅੰਦਰ ਬੈਠਦਾ ਹੈ ਅਤੇ ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਬਾਕੀ ਚੋਰ ਕਹੇ ਜਾ ਰਹੇ ਨੇ ਉਹ ਬਾਹਰ ਖੜ੍ਹੇ ਹੁੰਦੇ ਨੇ। ਪਰ ਜਿਵੇਂ ਹੀ ਉਹਨਾਂ ਤੋਂ ਕਾਰ ਸਟਾਰਟ ਨਹੀਂ ਹੁੰਦੀ ਤਾਂ ਉਹ ਦੂਸਰੀ ਗਲੀ ਦੇ ਵਿੱਚ ਜਾਂਦੇ ਨੇ ਅਤੇ ਉੱਥੋਂ ਦੀ ਇੱਕ ਕਾਰ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਤੁਹਾਨੂੰ ਪਹਿਲੀ ਤਸਵੀਰ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਕਾਰ ਹੈ, ਉਸਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਖਸ ਬੈਠਾ ਹੈ ਅਤੇ ਉਸਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਹਾ ਜਾ ਰਿਹਾ ਕਿ ਇਹ ਕਾਰ ਜਦੋਂ ਉਸ ਤੋਂ ਸਟਾਰਟ ਨਹੀਂ ਹੁੰਦੀ ਤਾਂ ਇਸ ਦੇ ਨਾਲ ਦੇ ਜੋ ਚੋਰ ਸੀ ਉਹ ਵੀ ਪਿੱਛੇ ਖੜ੍ਹੇ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਤੁਰੰਤ ਸਮਾਂ ਨਾ ਗਵਾਉਂਦੇ ਹੋਏ ਕਿਹਾ ਜਾ ਸਕਦਾ ਹੈ ਕਿ ਦੂਸਰੀ ਗਲੀ ਦੇ ਵਿੱਚ ਜਾ ਵੜਦੇ ਨੇ ਅਤੇ ਦੂਜੀ ਗਲੀ ਦੇ ਵਿੱਚ ਜਾ ਕੇ ਇੱਕ
ਗੱਡੀ ਨੂੰ ਚੋਰੀ ਕਰ ਲੈਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਦੂਸਰੀ ਗੱਡੀ ਤੁਹਾਨੂੰ ਸੀਸੀਟੀਵੀ ਦੇ ਵਿੱਚ ਲੰਘਦੀ ਨਜ਼ਰ ਆਈ ਹੋਵੇਗੀ ਤਾਂ ਕਿਹਾ ਜਾ ਸਕਦਾ ਹੈ ਕਿ ਜਦੋਂ ਇੱਕ ਕਾਰ ਸਟਾਰਟ ਨਾ ਹੋਈ ਤਾਂ ਦੂਸਰੀ ਕਾਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਨੂੰ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਗਏ।